ਹਾਂਜੀ ਪਿਆਰੇ ਬੱਚਿਓ ਨਮਸਕਾਰ ਅੱਜ ਆਪਾਂ 7ਵੀਂ ਜਮਾਤ ਦੀ ਪੰਜਾਬੀ ਪੁਸਤਕ ਦਾ ਪਾਠ 14ਵਾਂ ਕਰਤਾਰ ਸਿੰਘ ਸਰਾਭਾ ਦੇ ਪ੍ਰਸ਼ਨ ਉੱਤਰ ਕਰਾਂਗੇ ਅਤੇ ਇਸ ਦੇ ਜੋ ਬਾਕ ਅਤੇ ਹੋਰ ਚੀਜ਼ਾਂ ਨੇ ਉਹ ਸਾਰਾ ਕੁਝ ਅਸੀਂ ਕਵਰ ਕਰਾਂਗੇ ਇਸ ਪਾਠ ਨੂੰ ਤੁਸੀਂ ਬਹੁਤ ਚੰਗੀ ਤਰ੍ਹਾਂ ਸਮਝਣਾ ਹੈ ਇਹ ਇੱਕ ਪੰਜਾਬ ਦਾ ਮਹਾਨ ਵੀਰ ਸੀ ਕਰਤਾਰ ਸਿੰਘ ਸਰਾਭਾ ਇਹਨਾਂ ਨੇ ਆਪਣੀ 19 ਸਾਲ ਦੀ ਉਮਰ ਦੇ ਵਿੱਚ ਦੇਸ਼ ਦੇ ਲਈ ਆਪਣੀ ਸ਼ਹੀਦੀ ਦਿੱਤੀ ਸੀ ਤੇ ਇਹ ਇਹੋ ਜਿਹੇ ਇਹੋ ਜਿਹੇ ਸੂਰਬੀਰਾਂ ਦੇ ਕਰਕੇ ਹੀ ਅੱਜ ਅਸੀਂ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ ਸੇਵਾ ਦੇਸ਼ ਦੀ ਜਿੰਦੜੀ ਇਹ ਕਰਨੀ ਔਖੀ ਗੱਲਾਂ ਕਰਨੀਆਂ ਚੱਟ ਸੁਖਦੀਆਂ ਨੇ ਜਿਨ੍ਹਾਂ ਦੇਸ਼ ਦੀ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਤੇ ਇਸ ਪਾਠ ਵਿੱਚ ਅਸੀਂ ਕਰਤਾਰ ਸਿੰਘ ਸਰਾਭਾ ਦੀ ਜੀਵਨੀ ਬਾਰੇ ਦੱਸਿਆ ਗਿਆ ਹੈ ਤੇ ਇਸ ਕਿਸ ਤਰ੍ਹਾਂ ਉਹਨਾਂ ਨੇ ਭਾਰਤੀਆਂ ਨੂੰ ਉਹਨਾਂ ਦੇ ਹੱਕ ਦਵਾਉਣ ਲਈ ਮੈਦਾਨ ਵਿੱਚ ਡਟ ਕੇ ਹਕੂਮਤਾਂ ਦਾ ਸਾਹਮਣਾ ਕੀਤਾ ਸੀ ਕਿਸ ਤਰ੍ਹਾਂ ਉਹਨਾਂ ਨੇ ਗਦਰ ਲਹਿਰ ਸ਼ੁਰੂ ਕੀਤੀ ਤੇ ਭਾਰਤੀ ਲੋਕਾਂ ਨੂੰ ਵਿਦੇਸ਼ਾਂ ਵਿੱਚ ਸਨਮਾਨ ਮਿਲ ਸਕੇ ਅਤੇ ਉਹਨਾਂ ਦੇ ਹੱਕ ਮਿਲ ਸਕਣ ਪਾਠ 14ਵਾਂ ਕਰਤਾਰ ਸਿੰਘ ਸਰਾਭਾ ਤੇ ਅੱਜ ਆਪਾਂ ਇਸ ਦੇ ਪ੍ਰਸ਼ਨ ਉੱਤਰ ਤੇ ਉਹ ਜ਼ਰੂਰੀ ਵਰਕ ਕੁੱਕ ਕਰਾਂਗੇ ਪਹਿਲਾਂ ਅਸੀਂ ਕਰਤਾਰ ਸਿੰਘ ਸਰਾਬਾ ਦੇ ਜੀਵਨ ਬਾਰੇ ਪਾਠ ਬਾਰੇ ਸੰਖੇਪ ਜਾਣਕਾਰੀ ਪ੍ਰਾਪਤ ਕਰਾਂਗੇ। ਉਹਨਾਂ ਦਾ ਜਨਮ 1896 ਵਿੱਚ ਪਿੰਡ ਸਰਾਬਾ ਵਿੱਚ ਹੋਇਆ। ਉਹਨਾਂ ਦੇ ਮਾਤਾ-ਪਿਤਾ ਦਾ ਬਚਪਨ ਵਿੱਚ ਹੀ ਦਿਹਾਂਤ ਹੋ ਗਿਆ ਸੀ। ਉਹਨਾਂ ਦਾ ਪਾਲਣ-ਪੋਸ਼ਣ ਉਹਨਾਂ ਦੇ ਦਾਦਾ ਜੀ ਨੇ ਕੀਤਾ। ਮੁੱਢਲੀ ਪੜਾਈ ਪਿੰਡ ਵਿੱਚ ਕਰਨ ਉਪਰੰਤ ਉਚੇਰੀ ਵਿੱਦਿਆ ਹਾਸਲ ਕਰਨ ਲਈ ਸਾਨ ਫਰਾਂਸਿਸਕੋ ਦੀ ਬਰਕਲੇ ਯੂਨੀਵਰਸਿਟੀ ਗਈ ਜਿਹੜੀ ਸਾਨ ਫਰਾਂਸਿਸਕੋ ਹੈ ਇਹ ਅਮਰੀਕਾ ਦਾ ਰਾਜ ਹੈ। ਉਥੇ ਉਹਨਾਂ ਦੇ ਮਨ ਵਿੱਚ ਦੇਸ਼ ਭਗਤੀ ਦੀ ਭਾਵਨਾ ਸ਼ੁਰੂ ਹੋਈ ਭਾਰਤੀ ਮੂਲ ਦੇ ਲੋਕਾਂ ਨੂੰ ਉਹਨਾਂ ਦੇ ਹੱਕ ਦਵਾਉਣ ਲਈ ਗਦਰ ਪਾਰਟੀ ਦੀ ਸਥਾਪਨਾ ਹੋਈ ਉਹ ਉਹਨਾਂ ਨੇ ਹੋਰ ਦੇਸ਼ ਭਗਤਾਂ ਨਾਲ ਰਲ ਮਿਲ ਕੇ ਇਸ ਪਾਰਟੀ ਦਾ ਬਹੁਤ ਪ੍ਰਚਾਰ ਕੀਤਾ ਤੇ ਕਰਤਾਰ ਸਿੰਘ ਸਰਾਭਾ ਨੇ ਇੱਕ ਗਦਰਨਾਮਾ ਦਾ ਅਖਬਾਰ ਕੱਢਿਆ ਸੀ ਜਿਸ ਦੇ ਵਿੱਚ ਉਹ ਭਾਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਇਸ ਵਿੱਚ ਜ਼ਰੂਰੀ ਗੱਲਾਂ ਜੋ ਆਜ਼ਾਦੀ ਨਾਲ ਸੰਬੰਧਿਤ ਸੀ ਉਹ ਛਾਪਦੇ ਸੀ ਇਸ ਅਖਬਾਰ ਵਿੱਚ ਉਹ ਲੋਕਾਂ ਅੰਦਰ ਜੋਸ਼ ਜਗਾਉਣ ਦਾ ਅਤੇ ਆਜ਼ਾਦੀ ਪ੍ਰਾਪਤ ਕਰਨ ਦੇ ਏਜੰਡੇ ਤੇ ਵਿਚਾਰ ਲਿਖਦੇ ਸੀ ਪਰ ਉਹਨਾਂ ਦੇ ਕਈ ਸਾਥੀ ਆਪਣੇ ਸਾਥੀਆਂ ਦੀ ਗੈਰਜ਼ਾਰੀ ਕਾਰਨ ਇਸ ਪਾਰਟੀ ਇਹ ਪਾਰਟੀ ਆਪਣੀ ਸੋਚ ਮੁਤਾਬਕ ਕੰਮ ਨਹੀਂ ਕਰ ਸਕੀ ਤੇ ਫਿਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਇਸ ਤੋਂ ਬਾਅਦ ਉਹਨਾਂ ਨੂੰ ਫਾਂਸੀ ਦਾ ਰੱਸਾ ਚੁਮਣਾ ਪੈ ਗਿਆ ਸੀ ਤੇ ਹੁਣ ਆਪਾਂ ਇਸ ਦੇ ਪ੍ਰਸ਼ਨ ਉੱਤਰ ਸ਼ੁਰੂ ਕਰਦੇ ਹਾਂ ਪ੍ਰਸ਼ਨ ਨੰਬਰ 1 ਕਰਤਾਰ ਸਿੰਘ ਸਰਾਬਾ ਜੀ ਦੇ ਬਚਪਨ ਅਤੇ ਜਨਮ ਅਤੇ ਬਚਪਨ ਬਾਰੇ ਦੱਸੋ ਪੁੱਤਰ ਕਰਤਾਰ ਸਿੰਘ ਸਰਾਬਾ ਦਾ ਜਨਮ 1896 ਈਸਵੀ ਵਿੱਚ ਸਰਾਬਾ ਪਿੰਡ ਵਿਖੇ ਹੋਇਆ ਬਚਪਨ ਵਿੱਚ ਪਿਤਾ ਦਾ ਦੇਹਾਂਤ ਹੋਣ ਕਰਕੇ ਇਹਨਾਂ ਦਾ ਪਾਲਣ ਪੋਸ਼ਣ ਦਾਦਾ ਜੀ ਨੇ ਕੀਤਾ ਇਹ ਕਹਾਣੀਆਂ ਜਿਸੀਆਂ ਵੀਡੀਓ ਦਾ ਟਾਰਗੇਟ ਹੈ ਜਿਹੜੇ ਦੋਸਤੋਂ ਲਾਈਕ ਦੱਸ ਰੱਖਿਆ ਹੋਇਆ ਤੇ ਤੁਸੀਂ ਇਸ ਨੂੰ ਲਾਈਕ ਜਰੂਰ ਕਰਕੇ ਆਪਣਾ ਯੋਗਦਾਨ ਪਾਉਣਾ ਪ੍ਰਸ਼ਨ ਨੰਬਰ 2 ਕਰਤਾਰ ਸਿੰਘ ਸਰਾਬਾ ਨੇ ਕਿੱਥੇ-ਕਿੱਥੇ ਵਿੱਦਿਆ ਹਾਸਲ ਕੀਤੀ? ਉੱਤਰ ਕਰਤਾਰ ਸਿੰਘ ਸਰਾਬਾ ਨੇ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਕੀਤੀ, 10ਵੀਂ ਮਿਸ਼ਨ ਹਾਈ ਸਕੂਲ ਤੋਂ ਕੀਤੀ ਅਤੇ ਉਚੇਰੀ ਵਿੱਦਿਆ ਲਈ ਵਰਕਰੇ ਯੂਨੀਵਰਸਿਟੀ ਅਮਰੀਕਾ ਵਿਖੇ ਗਏ। ਪ੍ਰਸ਼ਨ ਨੰਬਰ 3 ਪ੍ਰਸ਼ਨ ਨੰਬਰ 3 ਅਮਰੀਕਾ ਵਿੱਚ ਵੱਸਦੇ ਹਿੰਦੁਸਤਾਨੀਆਂ ਨੂੰ ਕਿਹੜੀਆਂ-ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ? ਉੱਤਰ ਵਿਦੇਸ਼ਾਂ ਵਿੱਚ ਵੱਸਦੇ ਭਾਰਤੀਆਂ ਨਾਲ ਬੁਰਾ ਸਲੂਕ ਕੀਤਾ ਜਾਂਦਾ ਸੀ। ਉਥੋਂ ਦੀ ਸਰਕਾਰ ਉਹਨਾਂ ਨੂੰ ਨਾਗਰਿਕਤਾ ਨਹੀਂ ਦਿੰਦੀ ਸੀ। ਪ੍ਰਸ਼ਨ ਨੰਬਰ 4 ਗਦਰ ਲਹਿਰ ਦੀ ਨੀਂ ਕਦੋਂ ਰੱਖੀ ਗਈ? ਕਰਤਾਰ ਸਿੰਘ ਸਰਾਭਾ ਦੀ ਜੀਵਨੀ ਦੇ ਆਧਾਰ ਤੇ ਦੱਸੋ ਕਿ ਇਸ ਦੇ ਪ੍ਰਚਾਰ ਲਈ ਕੀ ਕੀ ਯਤਨ ਕੀਤੇ ਗਏ? ਉੱਤਰ ਜਦੋਂ ਗਦਰ ਪਾਰਟੀਆਂ ਨਾਲ ਬੁਰਾ ਸਲੂਕ ਹੋਣ ਲੱਗਾ ਜਦੋਂ ਪਾਰਟੀਆਂ ਨਾਲ ਬੁਰਾ ਸਲੂਕ ਹੋਣ ਲੱਗਾ ਤਾਂ ਉਹਨਾਂ ਨੇ 1913 ਐਸਵੀ ਵਿੱਚ ਗਦਰ ਪਾਰਟੀ ਬਣਾਈ ਗਦਰ ਪਾਰਟੀ ਦੇ ਪ੍ਰਚਾਰ ਲਈ ਉਹਨਾਂ ਨੇ ਗਦਰ ਨਾਮ ਦਾ ਅਖਬਾਰ ਸ਼ੁਰੂ ਕੀਤਾ ਪ੍ਰਸ਼ਨ ਨੰਬਰ 5 ਮੀਆਂ ਮੀਰ ਤੇ ਫਿਰੋਜ਼ਪੁਰ ਸ਼ਾਉਣੀਆਂ ਦੇ ਮੈਗਜ਼ੀਨਾਂ ਉੱਤੇ ਹਮਲੇ ਲਈ ਗਦਰ ਪਾਰਟੀਆਂ ਵੱਲੋਂ ਕਿਹੜੀ ਤਰੀਕ ਮਿੱਥੀ ਗਈ ਅਤੇ ਇਸ ਤਰੀਕਾ ਇਹ ਤਰੀਕਾ ਅੱਗੇ ਕਿਉਂ ਪਾ ਦਿੱਤੀ ਗਈ ਉੱਤਰ ਗਦਰ ਦੇ ਲਈ ਪਹਿਲਾ 19 ਫਰਵਰੀ ਮਿਥੀ ਗਈ ਸੀ ਪਰੰਤੂ ਕਿਰਪਾਲ ਸਿੰਘ ਦੀ ਗਦਾਰੀ ਦੇ ਕਾਰਨ ਉਹਨਾਂ ਨੇ 21 ਫਰਵਰੀ 1915 ਨੂੰ ਗਦਰ ਕਰਨ ਦਾ ਫੈਸਲਾ ਕੀਤਾ ਪ੍ਰਸ਼ਨ ਨੰਬਰ 6 ਕਰਤਾਰ ਸਿੰਘ ਸਰਾਬਾ ਨੂੰ ਫਾਂਸੀ ਦੀ ਸਜ਼ਾ ਕਿਉਂ ਸੁਣਾਈ ਗਈ ਉੱਤਰ ਕਿਉਂਕਿ ਉਹਨਾਂ ਨੇ ਗਦਰ ਨਾਮ ਦਾ ਵਿਦਰੋਹ ਸ਼ੁਰੂ ਕੀਤਾ ਸੀ ਪ੍ਰਸ਼ਨ ਨੰਬਰ 7 ਫਾਂਸੀ ਦੀ ਸਜ਼ਾ ਸੁਣ ਕੇ ਕਰਤਾਰ ਸਿੰਘ ਸਰਾਬਾ ਨੇ ਜੱਜ ਨੂੰ ਕੀ ਕਿਹਾ ਉੱਤਰ ਕਰਤਾਰ ਸਿੰਘ ਸਰਾਬਾ ਨੇ ਜੱਜ ਦਾ ਧੰਨਵਾਦ ਕਰਦਿਆਂ ਕਿਹਾ ਮੈਂ ਫਿਰ ਪੈਦਾ ਹੋ ਕੇ ਹਿੰਦੁਸਤਾਨ ਦੀ ਆਜ਼ਾਦੀ ਲਈ ਲੜਾਂਗਾ ਔਖੇ ਸ਼ਬਦਾਂ ਦੇ ਅਰਥ ਦੇਹਾਂਤ ਮੌਤ ਸੁਰਗਵਾਸ ਪਾਡਨ ਪੋਸ਼ਣ ਪਰ ਪਰਵਰਿਸ਼ ਪਾਲਨ ਕਰਨੀ ਵਿਦਰੋਹ ਬਗਾਵਤ ਕਿਸੇ ਨੂੰ ਕੋਈ ਕੰਮ ਕਰਨ ਲਈ ਕਹਿਣਾ ਜਾਂ ਮੰਨਾਉਣਾ ਉਤਾਵਲਾ ਕਾਲਾ ਫਰਤੀਲਾ ਛੇਦੀ ਕਰਨ ਵਾਲਾ ਹਕੂਮਤ ਰਾਜ ਸਲਤਨਤ ਸ਼ਾਸਨ ਮੁਖਾਵਰਾ ਖਬਰਾਂ ਦੇਣ ਵਾਲਾ ਸੂਈਆ ਜਸੂਸ ਸੂ ਉਗ ਸੁਗ ਸੁਰਾਗ ਖੋਜ ਖੂਫੀਆ ਗੁੱਜਾ ਗੁਪਤ ਮੰਗਾਉੜਾ ਭੱਜਿਆ ਹੋਇਆ ਡਰਕਲ ਫਰਾਰ ਏਟ ਦੇਖਿਆ ਨੂੰ ਬਾਕਾਂ ਵਿੱਚ ਵਰਤੋ ਮਜ਼ਦੂਰੀ ਭਾਰਤ ਦੇ ਬਾਤ ਅੰਗਰੇਜ਼ ਬਾਤ ਦੇ ਨਾਗਰਿਕਾਂ ਤੋਂ ਅੰਗਰੇਜ਼ ਮਜ਼ਦੂਰੀ ਕਰਾਉਂਦੇ ਸਨ ਨੰਬਰ 2 ਨਾਗਰਿਕਾ ਇਹਦੇ ਵਿੱਚ ਵੀ ਨਾਗਰਿਕ ਸੇਮ ਬਾਕ ਬਣ ਜੂਗਾ ਭਾਰਤ ਦੇ ਭਾਰਤ ਦੇ ਨਾਗਰਿਕਾਂ ਤੋਂ ਅੰਗਰੇਜ਼ ਮਜ਼ਦੂਰੀ ਕਰਾਉਂਦੇ ਸਨ ਸ਼ਕਤੀ ਆਜ਼ਾਦੀ ਦੇ ਲਈ ਵਿਦਰੋਹ ਹੀ ਸ਼ਕਤੀ ਵਰਤਣੀ ਪੈਂਦੀ ਹੈ ਵਿਦਰੋਹ ਆਜ਼ਾਦੀ ਦੇ ਲਈ ਵਿਦਰੋਹ ਹੀ ਸ਼ਕਤੀ ਵਰਤਣੀ ਪੈਂਦੀ ਹੈ ਇਹ ਜਿਹੜਾ ਵਿਦਰੋਹ ਦੇ ਸਪੈਲਿੰਗ ਆ ਥੋੜੀ ਮਿਸਟੇਕ ਹੈ ਤੇ ਤੁਸੀਂ ਵਿਦਰੋਹ ਸਹੀ ਲਿਖ ਸਕਦੇ ਹੋ ਬਾਕ ਦੇ ਵਿੱਚ ਪ੍ਰਸ਼ਨ ਨੰਬਰ ਬਾਕ ਨੰਬਰ 5 ਪਲਟਨ ਭਾਰਤ ਦੀ ਪਲਟਨ ਬਹੁਤ ਸ਼ਕਤੀ ਸ਼ਕਤੀਸ਼ਾਲੀ ਹੈ ਹੇਠ ਲਿਖਿਆਂ ਦੇ ਬਚਨ ਬਦਲੋ ਸੜਕ ਸੜਕਾਂ ਦਾਦਾ ਦਾਦੇ ਚਾਚਾ ਚਾਚੇ ਪੜਾਈ ਪੜਾਈਆਂ ਪਾਰਤੀ ਪਾਰਤੀਆਂ ਸਰਕਾਰ ਸਰਕਾਰਾਂ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਆਪਣੇ ਜਮਾਤੀਆਂ ਦੇ ਨਾਲ ਸ਼ੇਅਰ ਕਰੋ ਤਾਂ ਕਿ ਉਹਨਾਂ ਦੇ ਵੀ ਮਦਦ ਹੋ ਸਕੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਲਾਈਕ ਜਰੂਰ ਕਰਨਾ ਥੈਂਕ ਯੂ